ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ। ਉਹਨਾਂ ਦਾ ਨਾਮ ਇੱਕ ਹੋਰ ਵਿਵਾਦ ਨਾਲ ਜੁੜਿਆ ਹੈ ਜੋ ਕਿ ਲੁਧਿਆਣਾ ਤੋਂ ਸੰਬੰਧਿਤ ਹੈ। ਦਰਅਸਲ ਤਿੰਨ ਨੌਜਵਾਨਾਂ ਵੱਲੋਂ ਮੂਸੇਵਾਲ ਦੇ ਗਾਣੇ 'ਤੇ ਇੱਕ ਵੀਡੀਓ ਬਣਾਇਆ ਗਿਆ, ਫਿਰ ਵੀਡੀਓ ਨੂੰ ਲਾਈਕ ਕਰਵਾਉਣ ਦੇ ਲਈ ਜਬਰਨ ਇੱਕ ਨੌਜਵਾਨ 'ਤੇ ਹਮਲਾ ਕੀਤਾ ਗਿਆ, ਜਿਸ ਵੱਲੋਂ ਲੁਧਿਆਣਾ ਦੇ ਸਬ ਡਿਵੀਜ਼ਨ ਨੰਬਰ 3 ਵਿੱਚ ਮਾਮਲਾ ਦਰਜ ਕਰਵਾਇਆ ਗਿਆ ਹੈ। ਨੂੰ ਲਾਈਕ ਕਰੀਏ, ਫਿਰ ਉਹਨਾਂ ਨੇ ਸਾਡੇ ਧੱਕੇ ਧੁੱਕੇ ਮਾਰੇ, ਸਾਡੇ ਸਿਰ 'ਤੇ ਉਹਨਾਂ ਨੇ ਦਾਤ ਮਾਰਿਆ, ਕਹਿੰਦੇ ਨਹੀਂ ਤੁਸੀਂ ਗਾਣਾ ਲਾਈਕ ਕਰੋ। ਅਸੀਂ ਕਿਹਾ ਤੁਸੀਂ ਸਾਡੇ ਨਾਲ ਇੱਦਾਂ ਕਿਉਂ ਕਰ ਰਹੇ ਹੋ, ਕਹਿੰਦੇ ਨਹੀਂ ਅਸੀਂ ਉਹ ਗਾਣੇ ਦੀ ਵੀਡੀਓ ਪਾਈ ਆ ਉਹ ਲਾਈਕ ਕਰੋ। ਅਸੀਂ ਉੱਥੋਂ ਹੀ ਚਲੇ ਗਏ, ਉਹਨਾਂ ਦੇ ਅੱਗੇ ਹੀ ਹੋਰ ਸਾਰੇ ਯਾਰਾਂ ਦੋਸਤਾਂ ਨੇ ਸਾਨੂੰ ਰੋਕ ਲਿਆ, ਉਹਨਾਂ ਦੇ ਸਾਡੇ ਸਿਰ 'ਤੇ ਦਾਤ ਦੂਤ ਮਾਰੇ ਉਹਨਾਂ ਨੇ। ਇਕੱਲੇ ਸੀ ਕੋਈ ਨਾਲ ਸੀ? ਮੇਰਾ ਫਰੈਂਡ ਸੀਗਾ। ਕੀ ਨਾਮ ਉਹਦਾ? ਅਭਿਸ਼ੇਕ। ਉਹਦੇ ਵੀ ਕੋਈ ਸਰਟੀਫਿਕੇਟ ਲੱਗੀ? ਹਾਂਜੀ। ਤੁਸੀਂ ਇਸ ਬਾਰੇ ਕੋਈ ਕੰਪਲੇਂਟ ਦਿੱਤੀ ਕਿਸੇ ਨੂੰ? ਹਾਂਜੀ, ਅਸੀਂ ਰਾਤੀ ਸਿਵਲ ਹਸਪੀਟਲ ਗਏ ਸੀਗੇ, ਉੱਥੇ ਜਾ ਕੇ ਅਸੀਂ ਆਪਣਾ ਮੈਡੀਕਲ ਕਰਾਇਆ ਸੀਗਾ, ਅਤੇ ਉਸ ਤੋਂ ਬਾਅਦ ਅਸੀਂ 3 ਨੰਬਰ ਥਾਣੇ ਗਏ ਸੀਗੇ। ਪੁਲਿਸ ਕੀ ਕਹਿੰਦੀ ਹੁਣ ਤੁਹਾਨੂੰ? ਪੁਲਿਸ ਸਾਨੂੰ ਕਹਿੰਦੀ ਅਸੀਂ ਉਸ ਮੁੰਡਿਆਂ ਨੂੰ ਲੱਭ ਰਹੇ ਹਾਂ ਕਿ ਕਰਦੇ ਹਾਂ, ਕਾਰਵਾਈ ਕਰਦੇ ਹਾਂ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਨਾਲ ਜੋ ਧੱਕਾ ਹੋਇਆ ਸਾਨੂੰ ਉਸ ਦਾ ਇਨਸਾਫ ਦਿਲਵਾਉਣ, ਮੁੰਡਿਆਂ ਨੂੰ ਪੁੱਛਣ ਕਿਉਂ ਸਾਡੇ ਨਾਲ ਧੱਕਾ ਕੀਤਾ ਉਹਨਾਂ ਨੇ। ਇਹ ਜੀ, ਸਾਡੇ ਕੋਲ ਕੰਪਲੇਂਟ ਆਈ ਸੀਗੀ ਸਾਹਲ ਨਾਂ ਦੇ ਲੜਕੇ ਵੱਲੋਂ ਵੀ ਉੱਥੇ ਪਾਵਾ ਰੋਡ 'ਤੇ ਕੋਈ ਕੁੱਟਮਾਰ ਹੋਈ ਆ, ਅਤੇ ਉਹਦੇ ਬਿਆਨ ਹਾਸਲ ਕਰ ਲੈਣ MLR ਲੈ ਲਈ ਆ, ਅਤੇ ਉਹਦੀ ਪੜਤਾਲ ਕਰ ਰਹੇ ਹਾਂ, ਜੈਸੀ ਵੀ ਸੂਰਤ ਹੋਊਗੀ ਵੈਸੀ ਕਾਰਵਾਈ ਕਰੀ ਜਾਵੇ। ਇਸ ਗਾਣੇ ਦੇ ਵਿੱਚ ਕੋਈ ਕਹਿੰਦੇ ਹਥਿਆਰ ਵਗੈਰਾ ਵੀ ਇਸਤੇਮਾਲ ਕੀਤੇ ਗਏ ਆ, ਦਾਤ ਅਤੇ ਅਸਲਾ ਵਗੈਰਾ, ਉਹ ਕੀ ਚੀਜ਼ ਹੈਗੀ ਜੀ? ਅਤੇ ਉਹਦਾ ਬੈਨ ਲੱਗਿਆ ਹੋਇਆ ਹਾਈਕੋਰਟ ਵੱਲੋਂ, ਆਰਡਰਸ ਨੇ ਵੀ ਕਿਸੇ ਗਾਣੇ ਵਗੈਰਾ 'ਚ ਕਰ ਨਹੀਂ ਸਕਦੇ? ਅਤੇ ਉਹ ਜੀ ਉਹਨੇ ਕਲਿੱਪ ਜੀ ਜ਼ਰੂਰ ਦਿਖਾਈ ਸੀਗੀ, ਅਤੇ ਉਹ ਮਤਲਬ ਖਿਡਾਉਣਾ ਅਸਲਾ ਜਿਹਾ ਦਿਖਾਇਆ ਗਿਆ, ਨਾ ਕਿ ਕੋਈ ਦੂਸਰਾ ਅਸਲਾ ਨਹੀਂ ਅਸਲੀ ਨਹੀਂ। ਉਹਦੇ 'ਚ ਕੋਈ ਜਿਹੜਾ ਤੇਜ਼ ਹਥਿਆਰ ਵੀ ਸੀਗਾ, ਦਾਤ ਲੱਗਾ? ਹਾਂ, ਦਾਹ ਜ਼ਰੂਰ ਦਿਖਾਇਆ, ਅਤੇ ਹੋਰ ਨਹੀਂ ਉਹਦੇ 'ਚ ਮੈਂ ਦੇਖਿਆ ਕੁਛ। ਉਹਦੇ ਵਿੱਚ ਵੀ ਕੋਈ ਜਿਹੜੇ ਉਹਨਾਂ ਨੇ ਹਥਿਆਰ ਚੋਂ ਲਹਿਰਾਏ ਨੇ, ਕਿਹਾ ਉਹਦੇ 'ਚ ਵੀ ਕੋਈ ਜਾਂਚ ਵਗੈਰਾ ਕਾਰਵਾਈ ਦੇ ਵਿੱਚ ਕੀਤੀ ਜਾ? ਬਿਲਕੁਲ ਜੀ, ਪੜਤਾਲ ਕਰ ਰਹੇ ਹਾਂ। ਠੀਕ ਹੈ ਜੀ, ਜੈਸੀ ਮਤਲਬ ਸਾਹਮਣੇ ਆਊਗਾ ਮਾਮਲਾ, ਉਹਦੀ ਬਣਦੀ ਕਾਰਵਾਈ ਕੀਤੀ ਜਾਊਗੀ। ਤੇ ਇਹ ਜਿਹੜੇ ਮੁੰਡਿਆਂ ਦੇ ਨਾਲ ਹੋਇਆ ਸੀਗਾ ਇਨਸੀਡੈਂਟ, ਉਹ ਉਹਨਾਂ ਦੇ ਕੋਈ ਮਤਲਬ ਕਹਿੰਦੇ ਸਿਰ 'ਚ ਦਾਤ ਦੂਤ ਵੀ ਮਾਰੇ ਗਏ? ਬੱਚੇ ਦਾ ਵੀ ਮਾਮਲਾ ਨਹੀਂ, ਦਾਹ ਨਹੀਂ ਵਰਜਿਆ ਕੋਈ, ਉੱਦਾਂ ਸਿੰਪਲ ਹਥਿਆਰ ਨਾਲ ਹੀ ਕੋਈ ਸੱਟ ਲੱਗੀ ਹੋਈ ਆ। ਅੱਛਾ ਜੀ। ਡਾਕਟਰ ਸਾਹਿਬ ਨੇ ਵੀ ਮਤਲਬ ਕੋਈ ਬਲੰਟ ਹਥਿਆਰ ਨਾਲ ਜਿਹੜੀ ਸੱਟ ਲੱਗਣੀ ਦੱਸੀ ਆ।